हाँ पुत, मैं तो तेनू हूं छड़ के आई हाँ। जे की गल है, बड़ा ढिला जा मूह किया ही है। मैडम ने मारिया कि जाके लड़के आ गया वा? मैडम ने भी नहीं मारिया तो मैं लड़के भी नहीं आया। मेरे सिर पीड़ होंगी ही तो इस करके मैं मैडम को पूछ के छुट्टी लेके आ गया। सिर पीड़ हो रही? मेरे पुत नूं तां लगण डिया बुखार वा। हां सवेरे तो चंगा भला तो हुण तां बणी डिया पिया तू। चल तू मेरा पुत ना इत्थे बह, मैं पानी भी लैके आनी गोली भी लैके आनी तेरे लिए, ठीक है? ठीक है। हेलो। हाँ जी हाँ जी दीदी, पहुंच गया जी घरे। हाँ जी ओके। हाँ मम्मा जी पापा दा फोन ही? ना पुत, तेरे पापा नु किथे परवाह हड्डी। आ फोन ते तेरी मैडम दा आउण रिहा सी। नाले पुत तेरी मैडम कहण डही वी चंगे जे थां ते इहनूं दवाई खवाल दो, टेस्ट चलण डहे आ। जे बुखार ठीक ना होया ते फिर टेस्ट नहीं चंगे होणे। हाँ जी मम्मा, इन्हां टेस्टां दे नंबर पक्के पेपरां च लगने। मैनूं कोई चंगे डॉक्टर तो दवाई लिया दो, नहीं ते मेरे दोस्तां ने मेरे तो अगे लंघ जाना। पोता गोली तो खा होना चिर, शहर दूर वा, मेरे को कल्ली को तो जाया नहीं जाना। तेरा प्यो हुंदा ना तो फिर मैं लैके जानी नाल, तो दवाई लिया दांगी। ठीक है। आ खा गोली। चल इत्थे लम्मे पै जा, रेस्ट कर ला इत्थे घड़ी, ता हो जा जुत्ती ला के पै जा लम्मे इधर नूं। ਲੈ ਪੁੱਤ ਆ ਗਈ ਤੇਰੀ ਭੂਆ ਦਾ ਚਮਚਾ। ਹੈ ਮਾਸਾ ਫਿਕਰ ਕਿਤੇ ਘਰ ਦਾ, ਟੱਬਰ ਦਾ ਕੋਈ ਫਿਕਰ ਨਹੀਂ ਆ। ਇਹ ਤਾਂ ਨਾ ਬਸ ਭੈਣ ਦਾ ਹੀ ਗੁਲਾਮ ਬਣਿਆ ਰਹਿੰਦਾ ਹੈ। ਜੇ ਇਹੋ ਕੰਮ ਕਰਨਾ ਸੀ ਤੇ ਕੀ ਲੋੜ ਸੀ ਵਿਆਹ ਕਰਾਉਣ ਦੀ, ਟੱਬਰ ਵਸਾਉਣ ਦੀ ਕੀ ਲੋੜ ਸੀ? ਛੜੇ ਰਹਿ ਜਾਂਦੇ ਤੇ ਕਰਦੇ ਰਹਿੰਦੇ ਗੋਲ ਪੂਣਾ ਭੈਣ ਦਾ ਜਿੰਨਾ ਕਰਨਾ ਸੀ। ਮਾਸਾ ਫਿਕਰ ਨਹੀਂ ਕੋਈ ਵੀ ਬੰਦਾ ਕਿਹੜੇ ਹਾਲਾਂ 'ਚ ਵਾ ਤੇ ਕਿਹੜਿਆਂ 'ਚ ਨਹੀਂ। ਆਪ ਤੇ ਬੰਦੇ ਨੇ ਨਾ ਖਪਣਾ ਹੀ ਖਪਣਾ, ਵਾਧੂ ਦਾ ਸਾਨੂੰ ਵੀ ਸਤਾ ਦਿੱਤਾ ਨਾਲ ਹੀ। ਸ਼ੁਕਰ ਆ ਤੁਹਾਨੂੰ ਵੀ ਕਿਤੇ ਘਰ ਦਾ ਰਾਹ ਆਇਆ। ਭੈਣ ਦੇ ਚੱਕਰਾਂ 'ਚ ਘਰ ਪਰਿਵਾਰ ਦਾ ਚੇਤਾ ਹੀ ਭੁੱਲ ਗਿਆ ਸੀ। ਹੈਂ ਉਹ ਨਹੀਂ ਲੱਭਣੀ ਜਿਹੜੀਆਂ ਨੈਣ ਮਟਾਕਾ ਕਰਨ ਵਾਲੀਆਂ ਹੁੰਦੀਆਂ ਨਾ, ਉਹਨਾਂ ਨੇ ਪੱਕੇ ਟਿਕਾਣੇ ਲੱਭੇ ਹੁੰਦੇ ਆ। ਹੁਣ ਮੇਰੇ ਮੂੰਹ ਵੱਲ ਕੀ ਵੇਖੀ ਜਾਣ ਡਿਆ? ਜੇ ਤੁਹਾਡਾ ਫੇਰਾ ਤੋਰਾ ਮੁੱਕ ਗਿਆ ਹੋਏ ਤੇ ਮੁੰਡਾ ਭੁੱਜਣ ਡਿਆ ਬੁਖਾਰ ਨਾਲ, ਉਹਨੂੰ ਲੈ ਕੇ ਤੇ ਚੱਲੀਏ ਦਵਾਈ ਲੈਣ। ਇੱਥੇ ਬਕਵਾਸ ਬੰਦ ਕਰ ਲਾ, ਬਹੁਤ ਬੋਲ ਲਿਆ ਤੂੰ। ਤੇਰੇ ਮੈਂ ਸਾਰੇ ਸਵਾਲਾਂ ਦਾ ਜਵਾਬ ਨਾ ਅੱਜ ਨਾਲ ਲੈ ਕੇ ਆਇਆ ਵਾਂ। ਸੰਦੀਪ ਇੱਥੇ ਬਾਹਰ ਕੋ ਖੜੀ ਆ, ਇੱਧਰ ਅੰਦਰ ਆ। ਆ ਵੇਲਾ ਹੁਣ ਅੱਖਾਂ ਖੋਲ ਕੇ, ਉਹ ਸੰਦੀਪ ਹੀ ਆ ਨਾ, ਕੋਈ ਹੋਰ ਤਾਂ ਨਹੀਂ ਆ ਗਈ? ਉਦਾਂ ਦੀ ਤੂੰ ਮੂੰਹ 'ਚ ਜ਼ਬਾਨ ਨਹੀਂ ਪਾਈ ਹੈਗੀ, ਕੀ ਮੈਨੂੰ ਅਬਾਤਵਾ ਬੋਲੀ ਜਾਂਦੀ ਹੈ? ਕਰ ਗੱਲ ਹੁਣ, ਉਹ ਸੱਪ ਸੁੰਘਿਆ ਤੈਨੂੰ, ਬੋਲਦੀ ਨਹੀਂ ਹੁਣ, ਆ ਤੇਰੇ ਸਾਹਮਣੇ ਖੜੀ ਆ। ਨਹੀਂ ਕੀ ਗੱਲ ਕਰਾਂ, ਕੀ ਗੱਲ ਕਰਾਂ ਮੈਂ ਦੱਸੋ ਨਾ। ਜੇ ਆ ਗਈ ਹੈ ਤਾਂ ਫਿਰ, ਜੇ ਇੰਨੇ ਚਿਰ ਦਾ ਮੋਟਰਸਾਈਕਲ ਤੇ ਤੇਲ ਫੂਕਣ ਡਿਆ ਸੀ ਤੇ ਕਿੱਧਰ ਦੀ ਮਾਲ ਮਾਰ ਲਈ? ਜੇ ਆ ਗਈ ਹੈ ਤੇ ਜਿਹੜੀ ਇਹਨੇ ਬਦਨਾਮੀ ਕਰਾਉਣੀ ਉਹ ਤੇ ਕਰਾ ਲਈ ਹੈ ਨਾ। ਸਿਰ 'ਚ ਤਾਂ ਸਵਾਲ ਲੋਕਾਂ ਨੇ ਪਾ ਹੀ ਦਿੱਤੀ ਆ, ਬੇਸ਼ੱਕ ਜਿੰਨੀ ਮਰਜ਼ੀ ਚੰਗੀ ਬਣ ਬਣ ਦਿਖਾਏ ਪਰ ਲੋਕਾਂ ਨੇ ਤੇ ਗਲਖ ਮੱਥੇ ਤੇ ਲਾ ਹੀ ਦਿੱਤੀ ਆ। ਜਿਹੜੀ ਇਹਨੇ ਸਾਡੇ ਸਿਰ 'ਚ ਸਵਾਹ ਪਾਉਣੀ ਸੀ ਨਾ, ਪਵਾ ਹੀ ਦਿੱਤੀ ਆ। ਲੋਕੀ ਇਹਦਾ ਕੱਲੀ ਦਾ ਕਸੂਰ ਨਹੀਂ ਕੱਢਦੇ, ਨਾਲ ਹੀ ਭਰਾ ਭਰਜਾਈ ਦਾ ਵੀ ਕੱਢਣ ਡੇ ਆ। ਆਂਦੇ ਵੀ ਇਹਨੂੰ ਵਸਣ ਨਹੀਂ ਦਿੰਦੇ, ਸਾਰੀ ਕੀਤੀ ਕਦਰੀ ਤੇ ਇਹਨੇ ਖੂਹ 'ਚ ਪਾ ਦਿੱਤੀ ਆ। ਕੀ ਫਾਇਦਾ ਹੋਇਆ ਸਾਡਾ ਇਹਦਾ ਇੰਨਾ ਸਵਾਰਨ ਦਾ? ਮੈਨੂੰ ਪਤਾ ਆ ਭਾਬੀ, ਗਲਤੀ ਤੇ ਮੇਰੀ ਹੀ ਨਿਕਲਦੀ ਆ, ਇਸੇ ਕਰਕੇ ਮੈਂ ਵੀਰ ਜੀ ਨੂੰ ਕਿਹਾ ਸੀ ਕਿ ਮੈਨੂੰ ਨਾਂ ਨਾਲ ਲੈ ਕੇ ਆਉਣ। ਮੇਰੇ ਕਰਕੇ ਤੁਹਾਨੂੰ ਕਿੰਨੀਆਂ ਗੱਲਾਂ ਸੁਣਨੀਆਂ ਪਈਆਂ, ਮੈਨੂੰ ਮਾਫ ਕਰ ਦਿਓ। ਸੰਦੀਪ ਤੂੰ ਕਿਹੜੀ ਗੱਲੋਂ ਮਾਫੀ ਮੰਗਣ ਰਹੀ ਆ? ਉਹ ਮਾਫੀ ਤੇ ਮੰਗਣੀ ਚਾਹੀਦੀ ਇਹਨੂੰ ਜਿਹਨੇ ਇੰਨੀਆਂ ਗੱਲਾਂ ਕੀਤੀਆਂ। ਉਹ ਭਾਬੀਆਂ ਮਾਵਾਂ ਸਮਾਨ ਹੁੰਦੀਆਂ, ਮਾਵਾਂ ਸਮਾਨ, ਤੂੰ ਮਾਂ ਨਹੀਂ ਤੇ ਘੱਟੋ ਘੱਟ ਭਾਬੀ ਬਣ ਕੇ ਦੱਸਦੀ ਕਿਹੜੀਆਂ ਕਿਹੜੀਆਂ ਗੱਲਾਂ ਨੇ ਕੀਤੀਆਂ ਤੂੰ ਇਹਨੂੰ। ਉਹ ਨਿਕਲ ਕੇ ਨਹੀਂ ਗਈ, ਉਹ ਮਾਸੀ ਕੋ ਗਈ ਸੀ ਤੇ ਉੱਥੋਂ ਹੀ ਇਹਨੂੰ ਮੈਂ ਲੈ ਕੇ ਆਇਆ ਵਾਂ। ਉਹ ਕਿੰਨਾ ਗਲਤ ਬੋਲਦੀ ਨਹੀਂ ਤੂੰ ਇਹਦੇ ਬਾਰੇ? ਉਹ ਹੁਣ ਤੇ ਆ ਗਈ ਆ, ਚੱਲ ਮੰਗ ਇਹਦੇ ਕੋਲ ਮਾਫੀ। ਨਹੀਂ ਮੈਂ ਕਿਹਾ ਮਾਫੀ ਮੰਗਾ ਇਹਦੇ ਕੋਲੋਂ, ਮੈਂ ਕੁਛ ਗਲਤ ਬੋਲਦੀ ਰਹੀ ਹਾਂ? ਸਹੀ ਤੇ ਬੋਲਿਆ, ਜਦੋਂ ਇਹ ਦੱਸ ਕੇ ਨਹੀਂ ਗਈ ਘਰੋਂ ਤੇ ਮੈਂ ਇਹੋ ਹੀ ਆਖਣਾ ਵੀ ਭੱਜ ਗਈ ਆ।
ਨਾਲੇ ਤੁਸੀਂ ਆਂਦੇ ਵੀ ਤੂੰ ਮਾਂ ਨਹੀਂ ਬਣ ਸਕਦੀ। ਜੇ ਮੈਂ ਨਹੀਂ ਇਹਦੀ ਮਾਂ ਬਣ ਸਕਦੀ ਤੇ ਇਹਨੇ ਧੀਆਂ ਵਾਲਾ ਕੰਮ ਕੀਤਾ ਵਾ। ਜੇ ਧੀ ਬਣਦੀ ਤੇ ਮੈਨੂੰ ਦੱਸਦੀ ਵੀ ਮੈਂ ਚੱਲੀ ਆ ਮਾਸੀ ਕੋ ਜਾਣਾ ਤੇ ਮੈਂ ਨੂੰ ਜੀ ਸਦਕੇ ਜਾਣ ਦਿੰਦੀ। ਬਾਰ ਬਾਰ ਤੁਸੀਂ ਮੈਨੂੰ ਹੀ ਗਲਤ ਕਹੀ ਜਾਣ ਰਹੇ ਹੋ। ਉਹ ਜਦੋਂ ਬਿਨਾਂ ਦੱਸਿਆ ਘਰੋਂ ਭੱਜ ਗਈ ਸੀ ਤੇ ਇਹੋ ਹੀ ਕਹਿਣਾ ਸੀ ਵੀ ਭੱਜ ਗਈ ਆ। ਹੋਰ ਮੈਂ ਕੀ ਕਹਿੰਦੀ ਵੀ ਸੰਦੀਪ ਜੀ ਘਰੋਂ ਭੱਜ ਗਈ ਜੇ ਤੁਸੀਂ ਜਾ ਕੇ ਲੈ ਆਓ, ਇਹੋ ਹੀ ਕਹਿਣਾ ਸੀ ਮੈਂ। ਉਹ ਤੈਨੂੰ ਮੈਂ 20 ਵਾਰੀ ਕਹਿਤਾ ਵਾ ਉਹ ਭੱਜੀ ਨਹੀਂ ਮਾਸੀ ਕੋ ਗਈ ਸੀ, ਮਾਸੀ ਕੋ ਤੋਂ ਉੱਥੋਂ ਹੀ ਉਹਨੂੰ ਮੈਂ ਲੈ ਕੇ ਆਇਆ ਵਾਂ। ਨਾਲੇ ਉਹ ਸਾਡਾ ਸੋਚ ਕੇ ਹੀ ਗਈ ਸੀ ਵੀ ਕਿੰਨਾ ਕੁ ਚਿਰ ਮੈਂ ਇਹਨਾਂ ਦੋਵਾਂ ਜੀਆਂ ਉੱਤੇ ਬੋਝ ਬਣੀ ਰਹੂੰਗੀ। ਆਹੋ ਇਹੋ ਹੀ ਸੋਚਦੀ ਆ ਸਾਡਾ, ਅਸੀਂ ਤਾਂ ਨਹੀਂ ਇਹਦਾ ਮਾਸਾ ਵੀ ਸੋਚਦੇ। ਤੁਹਾਨੂੰ ਜਦੋਂ ਮੈਂ ਆਉਂਦੇ ਹੀ ਕਹਿਤਾ ਸੀ ਵੀ ਮੁੰਡਾ ਬਿਮਾਰ ਵਾ ਤੇ ਤੁਸੀਂ ਉਹਦੇ ਵੱਲ ਨਹੀਂ ਹੋਏ, ਤੁਸੀਂ ਬਸ ਮਾਫੀਆਂ ਮੰਗਾਉਣ ਤੇ ਪੈ ਗਿਆ ਵੀ ਛੇਤੀ ਮਾਫੀ ਮੰਗ ਲਾ। ਤੁਸੀਂ ਕਿੰਨਾ ਕੁ ਸੋਚਣ ਡਿਆ ਆਪਣੇ ਪਰਿਵਾਰ ਦਾ। ਨਾਲੇ ਆਹ ਦੇ ਨੇ ਬੜਾ ਹੀ ਸੋਹਣਾ ਸੋਚਿਆ, ਉਹ ਚਾਰੇ ਪਾਸੇ ਥੂ ਥੂ ਕਰਾਤੀ ਸਾਡੀ। ਨਾਲੇ ਮਾਸੀ ਵੀ ਸੋਚਦੀ ਹੋਣੀ ਆ ਵੀ ਭਰਜਾਈ ਪਤਾ ਨਹੀਂ ਕਿੰਨਾ ਕੁ ਤੰਗ ਕਰਦੀ ਹੋਣੀ ਆ। ਪੁੱਛੋ ਇਹਨੂੰ ਕਦੀ ਘੂਰੀ ਵੀ ਵੱਟੀ ਮੈਂ, ਫੇਰ ਵੀ ਇਹਨੇ ਇਹੋ ਜਿਹਾ ਕੰਮ ਕਿਉਂ ਕੀਤਾ? ਉਹ ਮੇਰੀ ਗਲਤੀ ਤੇ ਬੜੀ ਛੇਤੀ ਤੁਸੀਂ ਕੱਢਦੇ ਹੋ, ਇਹਦੀ ਵੀ ਗਲਤੀ ਕੱਢੋ। ਮੈਨੂੰ ਤਾਂ ਤੁਸੀਂ ਕਹਿਤਾ ਵੀ ਮਾਸੀ ਕੋ ਗਈ, ਉਹ ਕਿਹਦਾ ਕਿਹਦਾ ਮੂੰਹ ਬੰਦ ਕਰਾਉਂਦੇ ਫਿਰੋਗੇ? ਦੱਸਦੇ ਫਿਰੋਗੇ ਲੋਕਾਂ ਦੇ ਅੱਗੇ ਵੀ ਮੈਂ ਮਾਸੀ ਕੋ ਲੈ ਕੇ ਆਇਆ ਇਹਨੂੰ? ਉਹ ਲੋਕਾਂ ਨੇ ਨਹੀਂ ਜੀ ਇਹ ਗੱਲ ਸਮਝਣੀ, ਲੋਕਾਂ ਨੇ ਤਾਂ ਉਹੀ ਗੱਲ ਕਹਿਣੀ ਆ ਜਿਹੜੀ ਗੱਲ ਸੁਣ ਕੇ ਤੁਹਾਨੂੰ ਅੱਗ ਲੱਗਦੀ ਆ। ਨਾਲੇ ਜਵਾਨਤੀ ਘਰੋਂ ਨਿਕਲ ਜੇ ਨਾ, ਭਾਵੇਂ ਚੰਗੀ ਹੋਵੇ ਤੇ ਭਾਵੇਂ ਮਾੜੀ, ਲੋਕਾਂ ਨੇ ਗੱਲਾਂ ਬਣਾਉਣੀਆਂ ਬਣਾਉਣੀਆਂ ਵਾ। ਤੁਸੀਂ ਨਾ ਬਸ ਮੇਰਾ ਹੀ ਮੂੰਹ ਬੰਦ ਕਰਾਉਣ ਜੋਗੇ ਜੇ, ਹੋਰ ਨਹੀਂ ਕਿਹਦਾ ਪਿੰਡ 'ਚ ਮੂੰਹ ਬੰਦ ਹੋਣਾ ਤੁਹਾਡੇ ਕੋਲ। ਜੀ ਤਾਂ ਮੈਨੂੰ ਹੋਰ ਕਿਹਦੀ ਪਰਵਾਹ ਵੀ ਹੈ ਨਹੀਂ ਆ, ਤੇਰਾ ਮੂੰਹ ਬੰਦ ਹੋਣਾ ਚਾਹੀਦਾ ਵਾ। ਉਹ ਮੈਨੂੰ ਪਤਾ ਵਾ ਮੇਰੀ ਭੈਣ ਸਹੀ ਆ ਨਾ ਤੇ ਸਹੀ ਆ ਉਹ। ਉਹ ਤੁਹਾਨੂੰ ਨਹੀਂ ਨਾ ਪਰਵਾਹ ਤੇ ਨਾ ਹੋਵੇ, ਮੈਨੂੰ ਤਾਂ ਹੈਗੀ ਆ। ਉਹ ਕੱਲ ਨੂੰ ਨਿਆਣੇ ਵੀ ਆਪਣੇ ਵਿਆਹਣੇ ਆ, ਆ ਕਲੰਕ ਇੱਕ ਵਾਰੀ ਲੱਗ ਜੇ ਨਾ ਪੀੜੀਆਂ ਤੱਕ ਨਹੀਂ ਲੈਂਦਾ। ਉਹ ਕੌਣ ਕਰੂਗਾ ਸਾਡੇ ਨਿਆਣਿਆਂ ਦਾ ਰਿਸ਼ਤਾ? ਦੱਸੋ ਤੁਸੀਂ ਕੌਣ ਕਰੂਗਾ ਰਿਸ਼ਤਾ ਸਾਡੇ ਨਿਆਣਿਆਂ ਦਾ? ਉਹ ਮੈਂ ਤੇ ਆਨੀ ਆ ਵੀ ਠੰਡੇ ਦਿਮਾਗ ਨਾਲ ਸੋਚੋ ਤੇ ਅਜੇ ਵੀ ਇਹਦਾ ਵਿਆਹ ਕਰ ਦਿਓ, ਨਾਲੇ ਇਹਦਾ ਭਲਾ ਹੋ ਜਾਊਗਾ ਤੇ ਨਾਲੇ ਸਾਡਾ ਵੀ ਭਲਾ ਹੋ ਜਾਏਗਾ। ਉਹ ਰਾਣੀ ਦੀਦੀ ਨੇ ਦੱਸ ਪਾਈ ਸੀ ਰਿਸ਼ਤੇ ਦੀ ਤੇ ਝੂਠ ਸੱਚ ਮਾਰ ਕੇ ਰਿਸ਼ਤਾ ਕਰਾ ਦਾਂਗੇ। ਲਾਗੇ ਛਾਗੇ ਤੇ ਧੋਮ ਹੀ ਗਿਆ ਵਾ, ਜੇ ਉਥੋਂ ਤੱਕ ਗੱਲ ਪਹੁੰਚ ਗਈ ਨਾ ਤੇ ਲਾਗੇ ਲਾਗੇ ਦੇ ਪਿੰਡਾਂ 'ਚ ਕਿਤੇ ਨਹੀਂ ਇਹਦਾ ਰਿਸ਼ਤਾ ਹੋਣਾ, ਬੈਠੀ ਰਹੇਗੀ ਸਾਰੀ ਉਮਰ ਇੱਥੇ ਹੀ ਹੈ। ਜੀਤਾ ਹੁਣ ਤਾਂ ਬਹੁਤਾ ਵੱਧ ਹੀ ਜਾਣ ਰਹੀ ਆ, ਉਹਦੀ ਮਰਜ਼ੀ ਹੋਊਗੀ ਵਿਆਹ ਕਰਾਊਗੀ, ਨਹੀਂ ਮਰਜ਼ੀ ਤੇ ਨਹੀਂ ਕਰਾਊਗੀ। ਇਸੇ ਗੱਲ ਕਰਕੇ ਨਾ ਅੱਗੇ ਉਹ ਘਰ ਛੱਡ ਕੇ ਚੱਲ ਗਈ ਸੀ ਵੀ ਮੇਰੇ ਤੇ ਵਿਆਹ ਕਰਾਉਣ ਦਾ ਦਬਾਅ ਪਾਉਂਦੇ ਆ। ਮੇਰੇ ਤੋਂ ਬੁਰਾ ਹੁਣ ਕੋਈ ਨਹੀਂ ਹੋਊਗਾ ਜੇ ਇਸ ਘਰ ਵਿੱਚ ਦੁਬਾਰਾ ਉਹਦੇ ਵਿਆਹ ਦੀ ਗੱਲ ਚੱਲੀ। ਆਹੋ ਤੁਸੀਂ ਤੇ ਮੇਰੇ ਤੇ ਹੀ ਦਬਾਅ ਪਾਉਣਾ ਵਾ, ਮਾਰ ਦੋ ਮੈਨੂੰ, ਰਗਾਂ ਘੁੱਟ ਦੋ ਮੇਰੀਆਂ। ਅੱਜ ਤੱਕ ਤੁਸੀਂ ਕਦੀ ਮੇਰੇ ਤੇ ਹੱਥ ਨਹੀਂ ਚੁੱਕਿਆ, ਇਹਦੇ ਕਲੈਣੀ ਦੇ ਕਰਕੇ ਤੁਸੀਂ ਮੇਰਾ ਦਿਨ 'ਚ ਪੇੜ ਮਾਰੀ ਸੀ ਤੇ ਹੁਣ ਵੀ ਧਮਕੀਆਂ ਦੇਣ ਦੇ ਜੇ ਮਾਰ ਲਓ, ਹੋਰ ਕੀ ਕਰਨਾ ਤੁਸੀਂ? ਇਹੋ ਹੀ ਕਰ ਸਕਦੇ ਹੋ। ਉਹ ਮੈਂ ਨਹੀਂ, ਨਿਆਣੇ ਸਾਂਭਲੋ ਤੇ ਮੈਂ ਹੀ ਮਰ ਜਾਨੀ ਆ, ਤੁਹਾਡੇ ਦੋਵਾਂ ਦੇ ਗਲੋਂ ਲੱਥ ਜਾਨੀ ਆ। ਚੰਗਾ ਜਾ ਮਰ ਜਾ, ਮਰ ਜਾ ਮਰ ਜਾ, ਤੂੰ ਸਾਂਭ ਲਾਂਗੇ ਨਿਆਣੇ ਤੇਰੇ। ਵੀਰ ਭਾਬੀ ਨੂੰ ਤੇ ਰੋਕੋ, ਤੁਸੀਂ ਕਿਉਂ ਹਾਂ ਗੱਲ ਕਹਿਣ ਦੇ ਆ? ਭਾਬੀ ਨੂੰ ਰੋਕ ਲਓ, ਐਵੇਂ ਕੁਛ ਆਪਣੇ ਆਪ ਨੂੰ ਕਰ ਲੂਗੀ। ਉਹ ਕਰਦੀ ਆ ਤੇ ਕਰਨ ਦੇ, ਮੈਨੂੰ ਨਹੀਂ ਪਰਵਾਹ ਨਹੀਂ ਵੀਰ, ਮੈਂ ਵੇਲਾ ਤੇਰੇ ਅੱਗੇ ਹੱਥ ਜੋੜਦੀ ਆ। ਜੇ ਭਾਬੀ ਨੇ ਕੋ ਆਪਣੇ ਆਪ ਨੂੰ ਕਰ ਲਿਆ ਨਾ, ਮੈਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਣਾ, ਮੈਂ ਤੇ ਆਪਣੀਆਂ ਨਜ਼ਰਾਂ 'ਚ ਆਪ ਹੀ ਗਿਰ ਜਾਣਾ ਵਾ। ਵੀਰ ਭਾਬੀ ਨੂੰ ਰੋਕੋ, ਆ ਜਾਵੇ। ਉਹ ਮੈਂ ਨਹੀਂ ਜਾਣਾ, ਰਹਿਣ ਦੇ ਇਹਨੂੰ, ਮਰਨ ਦੇ ਨੂੰ ਮਰਦੀ ਆ ਦੇ ਭਾਬੀ। ਜੋ ਜੇ ਲੱਛਣ ਇਹਦੇ ਨੇ, ਅੱਜ ਵੀ ਮਰਨਾ ਤੇ ਕੱਲ ਵੀ ਮਰਨਾ ਹੀ ਆ। ਭਾਬੀ ਭਾਬੀ ਬੂਆ ਖੋਲ, ਭਾਬੀ ਵੇਖ ਲਾ, ਐਵੇਂ ਇਦਾਂ ਨਹੀਂ ਕਰੀਦਾ ਹੋਈਦਾ, ਬੂਆ ਖੋਲਦੇ ਹਾਂ ਭਾਬੀ। ਨਹੀਂ ਸੰਦੀਪ, ਮਰ ਲੈਂਦੇ ਮੈਨੂੰ, ਮੈਂ ਜੀ ਕੇ ਕੀ ਕਰਨਾ ਵਾ ਜਦੋਂ ਤੇਰੇ ਵੀਰ ਨੂੰ ਕਦਰ ਹੀ ਹੈਨੀ ਮੇਰੀ। ਨਾਲੇ ਹੁਣ ਉਂਝ ਵੀ ਨੱਕ ਕੱਢਣ ਜੋਗੇ ਤੇ ਰਹੇ ਨਹੀਂ ਬਾਹਰ, ਮਰ ਲੈਂਦੇ ਮੈਨੂੰ, ਮੈਂ ਮਰੀ ਚੰਗੀ ਆ, ਤੁਸੀਂ ਦੋਵੇਂ ਭੈਣ ਭਰਾ ਖੁਸ਼ ਹੋ ਜਾਓਗੇ। ਨਹੀਂ ਭਾਬੀ, ਇਦਾਂ ਥੋੜੀ ਕਹੀਦਾ ਹੋਈਦਾ ਵਾ, ਸਾਡੀ ਤੇ ਤੇਰੇ ਨਾਲ ਹੀ ਖੁਸ਼ੀ ਆ, ਤੂੰ ਇਦਾਂ ਦੀਆਂ ਬਦ ਜ਼ਬਾਨਾਂ ਨਾ ਬੋਲ ਭਾਬੀ, ਮੰਨ ਲਾ ਮੇਰਾ ਕਹਿਣਾ। ਸੰਦੀਪ ਰਹਿਣ ਦੇ, ਨਾ ਕਰੇ ਤਾਂ ਮਰਨਾ ਮੁਰਨਾ ਕਿੱਥੇ ਆ, ਪਖੰਡ ਰਹੀ ਆ ਕਰਨ। ਉਹ ਕੁਝ ਨਹੀਂ ਕਰਦੀ ਏ, ਇੰਨੇ ਜੋਗੀ ਹੈ ਨਹੀਂ ਆ ਇਹ। ਠੀਕ ਆ, ਨਹੀਂ ਨਾ ਇੰਨੇ ਜੋਗੀ, ਹੁਣ ਤੈਨੂੰ ਮੈਂ ਹੋ ਕੇ ਦੱਸੂਗੀ। ਨਹੀਂ ਸੰਦੀਪ, ਸਾਂਭ ਲਈ ਆਪਣੇ ਭਤੀਜੇ ਭਤੀਜੀਆਂ ਨੂੰ, ਉਹ ਮੈਂ ਲੱਗੀ ਆ ਮਰਨ, ਪੱਖੇ ਨੂੰ ਚੁੰਨੀ ਪਾ ਲਈ ਆ, ਮੈਂ ਮਰ ਚੱਲੀ ਆ, ਹੁਣ ਤੂੰ ਵਿਆਹ ਨਾ ਕਰਾਈ, ਬਸ ਇੱਥੇ ਰਹੀ, ਘਰ ਸਾਂਭੀ ਮੇਰਾ, ਮੈਂ ਚੱਲੀ ਆ ਹੁਣ। ਨਾ ਨਾ ਭਾਬੀ, ਇੱਕ ਵਾਰੀ ਬੂਹਾ ਤੇ ਖੋਲ, ਠੀਕ ਆ ਜਿੱਦਾਂ ਤੂੰ ਕਹੇਂਗੀ ਮੈਂ ਉਦਾਂ ਹੀ ਕਰ ਲੂੰਗੀ, ਜੋ ਤੈਨੂੰ ਚੰਗਾ ਲੱਗਦਾ ਉਹੀ ਹੋਊਗਾ। ਭਾਬੀ ਬੂਹਾ ਖੋਲ ਇੱਕ ਵਾਰੀ। ਚੱਲ ਠੀਕ ਆ ਭਾਬੀ, ਜੇ ਤੂੰ ਇਸੇ ਫੈਸਲੇ 'ਚ ਖੁਸ਼ ਆ ਨਾ ਤੇ ਕਰਾ ਲੂੰਗੀ ਮੈਂ ਵਿਆਹ, ਮੈਂ ਹੀ ਗੋੜਾ ਘੁੱਟ ਕਰ ਲੈਂਦੀ ਆ, ਪਰ ਮੇਰੇ ਕਰਕੇ ਕੋਈ ਮਰੇ ਨਾ ਇਹ ਘਰ ਦੇ ਵਿੱਚ। ਨਾ ਨਾ ਸੰਦੀਪ, ਤੂੰ ਕੋ ਕੌੜਾ ਘੁੱਟ ਕਰਨਾ ਵਾ, ਤੂੰ ਜੀ ਆਪਣੀ ਜ਼ਿੰਦਗੀ, ਮੈਂ ਮਰ ਜਾਂਗੀ ਤੇ ਤੇਰੇ ਭਰਾ ਨੂੰ ਹੋਰ ਕੋਈ ਮਿਲ ਜੂਗੀ, ਕੋਈ ਗੱਲ ਨਹੀਂ, ਨਾਲੇ ਤੇਰੀ ਭਰਜਾਈ ਮੰਨਣ ਵਾਲੀ ਹੋਏਗੀ ਤੇਰੀਆਂ, ਕੋਈ ਨਹੀਂ ਮਰ ਲੈਂਦੇ ਮੈਨੂੰ, ਮੇਰੀ ਨਾ ਫਿਕਰ ਕਰੋ ਤੁਸੀਂ।
नहीं भाभी मैं सच्ची सच कह रही हाँ, तू जिते गएगी ना मैं उत्थे ही विआह करा लूंगी। वे तू इदा ना कर, वे जे शहरी उठ गया तो वो मन से की असर पेगा। भाभी मान ला मेरी गल, एक बार बूआ खोल दे। हाँ नहीं पक्का सच कह रही ना, ये ना हमें तू बाद मुकर जे। नहीं नहीं भाभी नहीं मुकर दी, मैं सच ही कह रही हाँ। वीर जी तो ही समझाओ भाभी नू। पक्की गल ना फिर लाला, मैं चुन्नी पखे तो ना लवा फा। हाँ हाँ भाभी तेनू की लोड़ वा फा लैण दी, वेला चुन्नी ला ला पखे तो। वीर अपने ने भी पुछ ला, मुड़ के ना फिर आण के मुकर जाण, बाहर आवांगी मैं ते फिर। नहीं नहीं मुकरदा, पुछ लिया मैं वीर नू। चल ठीक है फिर मैं खोल दिनी हूँ बुआ। छेती कर भाभी, बुआ खोल दे। भाभी संदीप तू मेरी भैन वर्गी है ना, मैं सब कुछ तेरे करके ही करन दी हाँ। वेख धियां दे हाथ च सब कुछ हुंदा है, धियां चाहुण ते घर उजड़ जांदे आ ते धियां ही चाहुण ते घर वसदे आ। हुण तू दस, तू अपने वीर दा घर जाड़ना है कि वसाउणा है? ना ना भाभी किदां दीआं गल्लां करदी आ, मैं ते चाहुंदी आ कि मेरे वीर दा घर हमेशा हसदा वसदा रहे। मैं भला अपने हथीं अपने भरा दा घर क्यों उजाड़ना वा। चल ठीक है फिर संदीप, हुण इस गल ते ना पक्की रही तू। ठीक है भाभी मैं इस गल ते पक्की रहूँगी, पर तुम गांह तो ना आ मरन मुरन बारे कदी नहीं आ गल करनी। ठीक है चल नहीं करती, आ जा। सरजीत ना पानी जी ना हाथ मार, पुत बीमार हो जाएगा। चल इधर चल इधर, केड़ी गल्ला, चल बाहर चल जा, बाहर चल जा, बाहर जाके मम्मा काम कर लैन। वेखी किथे चले जे? मैं जिथे मर्जी चलिया होवां, तेरे को सैन करवाने जरूरी है? मैं केड़ा कहंदी सैन करके दो, मुंडा सतौन बड़ा डिया वा, कपड़े धोन दियाँ गिला हो ही जान डिया, फिर बीमार हो जूगा। इनू इदा करो नाल ही लै जाओ अपने, है मैं कपड़े धो लाना फिर। आहो लै जाओ नाल, मैं गाड़ी घूमन फिरन चलिया वा ना, भी नाल लै जाओ। मैं करो क्या घूम फिर चले जे, उंज भी तो बहर चले जे, फिर की जे तुम इनू ना लै जाओ, मेरा काम निबड़ जाएगा। तेन पता मैं कितने चलिया वा, हर थान जरूरी है कि न्याणे नू नाल ही खड़ना वा। एक न्याणा वा घर दे विच, तो भी नहीं तेरे को सांभिया जाता, फिर कहिंदी मैनू गल्लां करदे आ। कितने चले जे उदा? मैं जिथे मर्जी चलिया होवा। तो विकी नॉर्मल तरीके ना मेरे नाल तुसी गल कर लिया करो, कि जे हर वेले इदां ही बोलना हुंदा वा। मेरा तो तरीका इहो ही आ। मैं तुहाडे वगाड़िया की आ, इहो गया ना मुंडे नू चुक लो। मेरा तरीका इहो ही आ, ठीक आ ना? तो फिर अपना तरीका ना थोड़ा जिहा बदलो। मैं किदां दी आई आ, सारियां गल्लां बना के नॉर्मल काम कर दी आ, पर तुसी पता नहीं किहड़ी गल दा अजे भी मन विच गुस्सा रख्या। हालांकि तुहाडी गलती आ, फिर भी मैं अपनी गलती समझ के सारी गल्लां छड्ड दित्तियां। अच्छा मेरी गलती आ, शुकर नहीं करदी कि मैं तैनूं लैन ता, मेरी जगह कोई होर हुंदा ना तो नक नाल लकीरां कढ़ा के लियाउणा सी। जिहा गल आ ना तो वेख लैने, कोई गल नहीं तुहाडी रीझ पूरी कर दिंदी आ। मैं सगों कहण दी आ कि मेरा सुभाअ सही है तो मैं सही रहन दिंदी आ, पर जिद्दां दा तुहाडा सुभाअ ना मैनूं लगदा मैनूं भी पत्थर दिल करना ही पैणा फिर। तो कर ला, मना किहने कीता वा, जे तूं पत्थर दिल करके रहना तो पत्थर दिल करके वेख ला, उद्दां रह लांगे आपां। मैं डैडी नूं दस दी आ ना सारियां गल्लां। तो दस दे। ऐवें गुस्सा करके बह गया, मुंडा मेरा कल्ली रहनी आ, ढाडा भी ओना ही आ मुंडा। ठीक आ मेरा है तो मैं कोई नहीं आपे सांभ लैना, मैं तो अगे भी सांभण डिया सी। मैं तो कहड़ा तेनूं कहा सी उत्थे जाके तरले मारे सी कि मेरे को सांभे नहीं जान डिया, ते आ जा। बीमार ते कर ही दित्ता सी ना मुंडा, मुंडे दा मूंह वेखो। कोई गल नहीं हो जूगा ठीक, तू अपना सही कर। मुंडे दा तो इंज कर दी कि जिदा मुंडा बड़ा सताउंदा हुंदा, मुंडा तो बेचारा सताउंदा ही नहीं गा, उन्हें तो बेचारे जो मर्जी खवाल प्याल दो चुप करके खाई जाता, पढ़ पुत दुध पी। लड़न यदा आप जी करता रहा वा, जो मैं नहीं कवा तो ना कवावे, जरूरी है कि हुब हुब के कवा ही है मैनू। जान जान के गवाउंदी आ कि किस तरीके ना मेरे ना खूब होवे।
कोई फायदा नहीं हैगा इस बंदे नाल मत्थे दीआं ठिकरियां भन्नण दा। मैं अपनी माँ दे सामने पर्दे पाउंदी रहिंदी आं कि असीं कट्ठी रोटी बनाई आ ते कट्ठे रोटी खाण लगे आ, पर इहदी ते ना कन्न ते जू नहीं सरकदी हैगी। प्रीति पुत साहब की कर दिया वा डैड जी साहब खेडन दिया खेडन दिया वा हां जी ते ओ किथे गया वा विक्की विक्की ते हुणे ही बाहर नू गए जे अच्छा अच्छा हां जी ते तू पुत बड़ी उदास सी लगन दी की गल होई डैड जी मैं तानू की दसा विक्की मेनू बुलाउ नहीं रहे सही तरीके नाल मैं सारी गल्लां भुला लिया वा मन विच कोई गल भी नहीं रखी हैगी पर मैं बड़ी बारी इहनां नू कहा भी हैगा इस गल नू पर समझदे नहीं हैगे माड़ा मोटा भी कमाउनी आ तो मेरे दुआले हो जाते हैं अगों मैनू कहिंदे आ ये नहीं शुक्र करदी कि मैं तेनू लै आया वा वो कहिंदे आ कि तेनू ते मैं नक्क दीआं लकीरां कढ़ा के इत्थे लै के आउणा सी मैं ते खुश नहीं हैगा तेनू इत्थे लिआउण दे विच डैड जी मैनू सच्ची नहीं समझ आउंदी हैगी कि मैं इहनां दे सिर ते सारी जिंदगी इत्थे कढ़णी आ ते इदां दीआं गल्लां करदे आ इदां ते नहीं साडा टाइम पास होणा पुत मैनू ते खुद समझ नहीं आउंदी कि इह मुंडे नूं हो की गिआ वा तू की समझदी हाँ कि मैं इनू समझाऊंदा नहीं तेरे तो कल्या मैं इनू बहुत समझाया पता नहीं पर की गल हो गई जां मेरे प्यार विच कोई कमी रह गई जां मेरी परवरिश विच कोई कमी रह गई जिहड़ा इदां दा हो गया वा मैं ते कहनी हाँ इन्हां नू मेरे वर्गी जनानी नहीं कोई तेज तरार ऐं चुस्त चलाक जनानी चाहीदी सी जिहड़ी इन्हां नू नत्थ पा के रखदी फिर इन्हां ने काबू आउणा सी ना पुत इदां ना कह ओ मैं भी इहो सोचिया सी पहलां अपना विआह कराउण दा पर मैं इहदा करके नहीं कराया मैं कोई तेज तरार जनानी आ गई ना तो ये नक्क च नत्थ पा देनी उन्हें तो मतरियां मावं जिदा दी होंदियां ना बहुत जालम होंदियां वा मैं मेरा प्यार वंडिया ना जावे मैं इस करके विआह नहीं कराया अपना पर यह मुंडे ने पता नहीं की भूत सवार हो गया वा हुण मनदा ही नहीं कोई गल भी पर इन्हां नूं ये गल समझनी चाहीदी है ना कि तुसीं वी सारी अपनी जवानी इदा कढ़ी आ इक इन्हां दे करके पर यही नहीं तुहाडी गल समझदे हैगे मैं पुत इहनू वेख वेख के जवानी कढ ली मैं मेरा पुत वा जवान होगा मेरा बुढ़ापे का सहारा बनूगा बल चंगा भला ही पता नहीं भी इहनू की हो गया माड़ी संगत विच बह गया जां की बनिया वा आ हुण मैं वेखण दिया वा भी चंगा भला रब ने जी दिता वा अपने पुत नाल खेड मल मजे कर पर नहीं तू पर घबरा ना खुश रहा कर पुत मैं वा ना तेरा प्यो वर्गा प्यो ही हाँ बच्चा दिता रब ने ओ अहीं हसीए खेडीए आपे उन्हें भी सैट हो ही जाना एक दिन नहीं डैडी जी तुहानू हाँ गलत फहमी होई आ कि माड़ी संगत च बह गया ये खाते पीते नहीं कुछ भी है नहीं पुत माड़ी संगत खाण पीण की नहीं होंगी चुकना बड़ी माड़ी होंगी लागों मुंडिया की जवान मुंडे तू तू की करना यार तेरा बापू को बहुत कुछ वा तू इदा कर तू उदा कर है ना बड़ा कुछ होंगे लोगों की संगत में पर सच पूछना डैडी जी मैं अपनी मम्मी झूठ बोलती रही हाँ वह भी मैं फोन करते रहते पुछते रहेंगे आ मैं नहीं मेरा नहीं जी करता कि मैं उन्होंने किसी तरीके की कोई तंगी पेशी देवी मैं सगो झूठ ही बोलती रहनी हूँ मैं अपने मन में बड़ा दुख लगता है ये गल तो पुत गल दसा जिहड़ियां खानदानी धीआं होंदियां ना चंगियां घरां दियां वो ना पेकियां दी गल सहुरे दसदियां वा ते ना सहुरियां दी गल पेके दसदियां वा ठीक है इत्थों लोकी खानदान लभदे आ मैं बड़ा चंगियां कर्मां वाला वा जिन्हों इहो जी धी मेरी नौं दे रूप विच मिली आ ठीक है ते पुत हसिया कर ठीक है तू ओहदी परवाह नहीं करनी ठीक है सब रब ने ठीक कर देना पाठ पूजा करिया कर डैड जी पाठ तो करीदा ही आ कि चलो महाराज घर में तंदुरुस्ती बख्शन एक गल डैड जी मैं इस चीज़ की फिक्र ज्यादा रही कि जिदा मेरी तो विक्की की हर वे लड़ाई हुई रही मैं बथेरा ढलती भी हैगी पर बच्चे तो असर पैदा ही है ना तो मैं डर इस गल का रहा कि यह ना हो कि साहब भी अपने माँ के प्यार तो दूर हो जाए कि विक्की ने तो चलो जो होना सी परमात्मा वालों ही है ना मम्मी इदा हो गए तो उन्होंने प्यार नहीं मिले माँ प्यो तो दोवें जरूरी होंगे ना बच्चे लिए नहीं पुत तू घबरा ना मैं इदा नहीं होन दिंदा मैं इनू बिल्कुल डांटूंगा इनू अज मैं बाहर खड़ तेरे तो चोरी पहला भी मैं बहुत समझाया होर समझाऊंगा पर मैं साहब नू इदा नहीं होन दूंगा इहदे वांगू क्योंकि डैड जी हुण भी मैनू ये गल कह के गए आ कि मैं तेनू इत्थे लिआउण च ना राजी नहीं सी हैगा मैं तेनू नक्क दीआं लकीरां कढाउणियां सी तेरे तां करके मेरा ना मन डैड जी बड़ा पुत घबरा ना तू ओह बेवकूफ है उहनू की पता वा असीं घर विच धियां वर्गी नौं लियांदी आ कि साढ़े घर की रोटी पकती हो जाए है तो अं खसीए खेडिए बसीए रसीए ठीक ठाक इदा नहीं आ
ਤੇ ਘਰ ਵਿੱਚ ਕਲੇਸ਼ ਰਹੂਗਾ 24 ਘੰਟੇ ਮੈਂ ਸਮਝਾਉਣਾ ਵਾ ਡੈਡ ਜੀ ਮੇਰਾ ਸੱਚੀ ਨਾ ਸਾਹਿਬ ਤੋਂ ਦੂਰ ਹੋਣ ਨੂੰ ਨਹੀਂ ਜੀ ਕਰਦਾ ਹੈਗਾ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਮੁੰਡੇ ਦੇ ਨਾਲ ਆਪਣੇ ਨਾਲ ਲਾ ਕੇ ਰੱਖਾਂ ਉਹਨੂੰ ਨਹੀਂ ਨਹੀਂ ਹੁੰਦਾ ਮੁੰਡਾ ਦੂਰ ਤੇਰੇ ਤੋਂ ਮੈਂ ਕਰਦਾ ਗੱਲ ਠੀਕ ਆ ਮੈਨੂੰ ਦੱਸਿਆ ਕਰ ਤੂੰ ਹਰ ਗੱਲ ਉਹ ਕੋਈ ਗੱਲ ਨਹੀਂ ਪੁੱਤ ਤੂੰ ਰੋ ਨਾ ਮੈਂ ਨਾ ਤੇਰੇ ਨਾਲ ਵਾਂ ਹਮੇਸ਼ਾ ਤੇਰੇ ਨਾਲ ਖੜਾ ਰਹੂੰਗਾ ਠੀਕ ਆ ਤੂੰ ਖੁਸ਼ ਰਿਹਾ ਕਰ ਉਹ ਤਾਂ ਮੂਰਖ ਵਾ ਉਹਨੂੰ ਕੀ ਪਤਾ ਵਾ ਗੁੱਸੇ ਵਿੱਚ ਕੁਝ ਵੀ ਆਵਾ ਤਬਾਹ ਬੋਲ ਜਾਂਦਾ ਵਾ ਵੇਖ ਸਾਨੂੰ ਹੀਰੇ ਵਰਗਾ ਪੁੱਤ ਦਿੱਤਾ ਰੱਬ ਨੇ ਤੂੰ ਇਹਦਾ ਲਾਡ ਕਰਿਆ ਕਰ ਠੀਕ ਆ ਹੈ ਨਾ ਬਈ ਬਾਬੇ ਖੁਸ਼ ਵਾ ਡੈਡ ਜੀ ਚਾਹ ਲਿਆਵਾਂਗੇ ਰੋਟੀ ਮੈਂ ਪੁੱਤ ਇਹਨਾਂ ਡੰਗਰਾਂ ਨੂੰ ਪੱਠੇ ਪਾਵਾਂ ਤੂੰ ਨਚਰ ਨਾ ਰੋਟੀ ਪਕਾ ਲਾ ਚਾਹ ਤਾਂ ਅੱਗੇ ਦੋ ਵਾਰ ਪੀ ਲਈ ਸਵੇਰ ਦੀ ਸਹੀ ਗੱਲ ਆ ਸਿਆਣਿਆਂ ਨੇ ਸੱਚ ਹੀ ਕਿਹਾ ਵਾ ਕਿ ਜੇ ਸਹੁਰਿਆਂ ਨੂੰ ਪਿਆਰ ਕਰੀਏ ਤਾਂ ਉਹ ਵੀ ਪਿਓ ਹੀ ਹੁੰਦੇ ਆ ਕਿੰਨੇ ਚੰਗੇ ਆ ਡੈਡੀ ਜੀ ਪੂਰਾ ਮੇਰਾ ਸਾਥ ਦਿੰਦੇ ਆ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਵੀ ਕਹਿੰਦੇ ਆ ਕੋਠੇ 'ਤੇ ਨਹੀਂ ਜਾਣਾ ਨਾ ਨਾ ਨਹੀਂ ਨਹੀਂ ਪੁੱਤ ਝੱਟ ਲੱਗ ਜੂਗੀ ਝੱਟ ਲੱਗ ਜੂਗੀ ਜੀ ਹੈ ਲਾਦੀ ਕਰ ਦਿਓ ਲਾਦੀ ਕਰ ਦਿਓ ਹਾਏ ਹਾਏ ਚਲ ਇੱਥੇ ਬਹਿ ਜਾਓ ਮੈਂ ਡੈਡੀ ਜੀ ਲਈ ਰੋਟੀ ਬਣਾ ਲਈ ਇੱਥੇ ਲੰਮੇ ਪੈ ਜਾਓ ਲੰਮੇ ਪੈ ਜਾਓ ਨਹੀਂ ਨਿਕਾਲੋ ਨਹੀਂ ਨਿਕਾਲੋ ਨਹੀਂ ਨਿਕਾਲੋ ਨਹੀਂ ਨਿਕਾਲੋ